ਐ ਬਾਬੇ ਪੇਖ ਬਣਾਇਆ ਦਾਸੀ ਕੀ ਰਿਤ ਚਲਾਈ ਚੜਿਆ ਸੋਧਨ ਧਰਤ ਲੁਕਾਈ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਹੈ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਦਾਸੀ ਪਾਪਤਾ ਧਰਮ ਪ੍ਰਚਾਰ ਕਰਨ ਵੇਲੇ ਐਮਨਾਬਾਦ ਭਾਈ ਲਾਲੋ ਜੀ ਦੇ ਘਰ ਠਹਿਰੇ ਅਸੀਂ ਜੀ ਅੱਜ ਪਹੁੰਚੇ ਹਾਂ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਸਾਡੇ ਨਾਲ ਗੁਰਚੇਤ ਭਾਅ ਜੀ ਨੇ ਦੂਸਰੇ ਹੋਰ ਵੀਰ ਨੇ ਅਤੇ ਆਪਾਂ ਅਜੇ ਦਰਸ਼ਨ ਕਰਨ ਆਏ ਹਾਂ ਅਤੇ ਚਲੋ ਇਹਨਾਂ ਨੂੰ ਵੀ ਦਰਸ਼ਨ ਕਰਵਾਉਂਦੇ ਹਾਂ ਨਾਲੇ ਆਪਾਂ ਵੀ ਕਰਦੇ ਹਾਂ ਅਤੇ ਐਮਨਾਬਾਦ 'ਚ ਦੂਜੇ ਗੁਰਦੁਆਰਾ ਦੇ ਵੀ ਦਰਸ਼ਨ ਕਰਦੇ ਹਾਂ ਐਮਨਾਬਾਦ ਭਾਈ ਲਾਲੋ ਜੀ ਦੇ ਘਰ ਠਹਿਰੇ ਸ਼ਹਿਰ ਤੋਂ ਬਾਹਰ ਪੂਰੀ ਤੇ ਸੁੰਦਰ ਜਗ੍ਹਾ ਜਾਣ ਕੇ ਇੱਥੇ ਬੈਠ ਕੇ ਤਪੱਸਿਆ ਕੀਤੀ। ਇਹ ਧਰਤੀ ਰੋੜਾਂ ਵਾਲੀ ਸੀ, ਨਿਤ ਪ੍ਰਤੀ ਇੱਥੇ ਬੈਠ ਕੇ ਵਾਹਿਗੁਰੂ ਕਾਲ ਪੁਰਖ ਨਾਲ ਜੁੜੇ। ਐਮਨਾਬਾਦ ਦੀ ਇਸ ਪਵਿੱਤਰ ਜਗ੍ਹਾ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀਆਂ ਰੋਟੀਆਂ ਵਿੱਚੋਂ ਦੁੱਧ ਅਤੇ ਮਲਕ ਭਾਗੋ ਦੇ ਪੂੜਿਆਂ ਵਿੱਚੋਂ ਲਹੂ ਕੱਢਿਆ ਸੀ। ਪਹਿਲੀ ਪਾਤਸ਼ਾਹੀ, ਦੂਜੀ ਪਾਤਸ਼ਾਹੀ ਜਿਨ੍ਹਾਂ ਨੇ ਸੇਵਾ ਕਰਾਈ ਸੀ ਨਾ ਉਹ ਸਨ ਵੀ ਲਿਖ 1949 1949 ਲਿਖਿਆ ਹੋਇਆ 1941 ਇਹ ਸਰੋਵਰ। ਮੈਂ ਇੱਕ ਨਾ ਤਸਵੀਰ ਵੇਖੀ ਸੀ ਗੋਰੇ ਦੀ 1930-32 ਦੀ, ਉਹ ਇੱਥੋਂ ਖਿੱਚ ਕੇ ਮੇਲਾ ਲੱਗਿਆ ਹੋਇਆ ਸੀ ਇੱਥੇ ਪੂਰਾ। ਪਹਿਲੇ ਦੀਵਾਰ ਨਹੀਂ ਸੀ ਹੁੰਦੀ। ਹਾਂ, ਦੀਵਾਰ ਨਹੀਂ ਸੀ ਹੁੰਦੀ। 1998 ਦੇ ਵਿੱਚ 96 ਦੇ ਵਿੱਚ ਇੱਥੇ ਨਾ ਉਹ ਤਸਵੀਰ ਸੀ, ਉਹਦੇ 'ਤੇ ਨਾ ਮੈਂ ਕਹਿੰਦਾ ਵੀ ਇੰਨਾ ਫੋਟੋ ਵਿੱਚ ਇੱਕ ਵੀ ਸਿਰ ਨੰਗਾ ਨਹੀਂ ਸੀ। ਇਹ ਜਿਹੜਾ ਨਾ ਇਹ ਜਿਹੜੀ ਸਾਰਾ ਗਰਾਊਂਡ ਪਿੱਛੇ ਤੁਸੀਂ ਵੇਖ ਕੇ ਆਏ ਹੋ, ਇੱਥੇ ਵਿਸਾਖੀ ਦਾ ਮੇਲਾ ਲੱਗਾ। ਵਿਸਾਖੀ ਦਾ ਮੇਲਾ? ਹਾਂਜੀ, 10 ਦਿਨ। 10 ਦਿਨ ਜੀ? 10 ਦਿਨ। ਪਹਿਲੇ 3 ਦਿਨ ਜਾਨਵਰਾਂ ਦੀ ਮੰਡੀ ਹੁੰਦੀ ਸੀ, ਚੋਟੀ ਦੀਆਂ ਮੱਝਾਂ, ਚੋਟੀ ਦੇ ਘੋੜੇ ਘੋੜੀਆਂ, ਇੱਥੇ 3 ਦਿਨ ਉਹ, ਫਿਰ 3 ਦਿਨ ਜੈਂਟਸ ਹੁੰਦੇ ਸੀ। ਅੱਛਾ। ਐਂਡ ਵਾਲੇ 3 ਦਿਨ ਜਿਹੜੇ ਨੇ ਉਹ ਲੇਡੀਜ਼ ਹੁੰਦੀਆਂ ਸੀ, ਯਾਨੀ ਕਿ 10 ਦਿਨ ਭਰਵਾਂ ਮੇਲਾ ਲੱਗਦਾ ਸੀ 2010 ਦੇ ਵਿੱਚ। ਇਹ ਯਾਨੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੇਲਾ ਕਹਿ ਸਕਦੇ ਹਾਂ। ਬਹੁਤ ਤਗੜਾ ਮੇਲਾ। ਹਾਂ, ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੇਲਾ ਕਹਿ ਸਕਦੇ। ਹਾਂਜੀ, ਉਦੋਂ ਤਾਂ ਹੈ ਨਹੀਂ ਸੀ, ਉਸ ਮੈਂ ਪਹਿਲਾਂ ਆਇਆ ਸੀਗਾ। ਇਹ ਜਿਹੜੀ ਬਿਲਡਿੰਗ ਨਾ ਸਾਹਮਣੇ, ਹਾਂਜੀ, ਕੋਈ ਭਾਈ ਰਾਮ ਸਿੰਘ ਗੁਜ਼ਰੇ ਨੇ, ਉਹਨਾਂ ਨੇ 1880 ਦੇ ਵਿੱਚ ਨਕਸ਼ਾ ਕੰਪਲੀਟ ਕੀਤਾ। ਉਹਨਾਂ ਨੇ ਇਹ ਲਿਖਿਆ ਹੈ ਨਾ ਜੀ? ਹਾਂਜੀ, ਇਹ ਉਰਦੂ ਦੇ ਵਿੱਚ ਲਿਖਿਆ, 100 ਰੁਪਏ ਸੇਵਾ ਕਰਾਈ ਬੀਬੀ ਵਜ਼ੀਰ, ਬੀਬੀ ਵਜ਼ੀਰ ਦਾ ਇਹ ਧਰਮ ਪਤਨੀ ਲਾਲਾ ਅਮਰਨਾਥ ਮਾਂਡਾ, ਇਹ ਹਿੰਦੂ ਹੈ ਨਾਲੇ, ਦੇਖ ਲਓ, ਮਾਂਡਾ ਸਤਨਾ ਪੇਗੋਵਾਲ ਜ਼ਿਲ੍ਹਾ ਸਿਆਲਕੋਟ, ਉਤਰੀ ਲਾਲਾ ਸਰੂਪ ਚੰਦ ਜੀ ਗੁਰਚਰ ਐਮਨਾਬਾਦ ਨਿਵਾਸੀ, ਐਮਨਾਬਾਦ ਦੇ ਸੰਮਤ ਹੈ ਜਿਹੜਾ ਹੁੰਦਾ 100 ਰੁਪਿਆ ਦੇਖ ਲੋ, ਸੰਮਤ ਹੈ, ਦੂਜਾ ਸੰਮਤ ਹੈ ਉਹਦਾ, ਆਪਾਂ ਨੂੰ ਪਤਾ ਨਹੀਂ ਨਾ ਜਿਹੜਾ ਹਿੰਦੀ ਦਾ। ਨਹੀਂ ਜੀ, ਇਹ ਸੰਮਤ ਇੱਕ ਅੱਸੂ ਕੱਤਾ ਉਹਦਾ ਹੁੰਦਾ ਸਾਲ ਲਈ। ਆਹ ਸਾਵਣ ਹੈ, ਦੇਖੋ ਲਿਖਿਆ ਹੋਇਆ 10 ਰੁਪਈਏ ਹੈ ਨਾ, 10 ਰੁਪਈਏ। ਉਸ ਟਾਈਮ 10 ਦੇ ਵੀ ਸ੍ਰੀ ਪਿਆਰ ਸਿੰਘ ਸਪੁੱਤਰ ਸਰਦਾਰ ਘੁੰਮਣਵਾਲ, ਘੁੰਮਣਵਾਲ ਪਿੰਡ, 10 ਰੁਪਏ ਉਸ ਟਾਈਮ ਦੇ, ਥੋੜ੍ਹੇ ਜੀ 2-3 ਰੁਪਏ ਦੀ ਮੱਝ ਆਉਂਦੀ ਸੀ। ਹਾਂ, 2-3 ਰੁਪਏ ਦੀ ਮੱਝ ਆਉਂਦੀ ਸੀ।
जी बाई जी के नाल ग्रंथी साहब साढ़े इतों के सेवादार सारे वीर जो उधरों भी टीम आई तस्वीर मिला रहे हैं पाकिस्तानी पंजाब जो प्योर पंजाबी हो पार्टीशन वे सारे सरदार जो पंजाब के खास करके माइग्रेट कर गए थे तो फिर ऐसा ऐसा उनके जो सरदार पाकिस्तान से सारे स्पेशल स्कूल पिशावर वाली साइड पर पिशावर के काफ़ी संख्या है फिर 1985 गुरु घर गैर पास गए थे सारे एक एक दो दो बंदा तकरीबन जो बड़े गुरु घर ने नटवाणा साहब गुरुद्वारा डेरा साहब पंजा साहब एक ऐसे जो पिशावर के लागे पेंड है तो फिर गोरमेंट ऑफ पाकिस्तान ने 1985 यार आके अपने गुरु घर बनाए फिर उतों सरदारा लिया इतने जमीन फ्री दिखाई नटवाणा साहब के अच्छा तो फिर इन्होंने जॉब्स दिखाई घर बना जमीन जमीन होर घर बनाने के हेल्प किया गोरमेंट ऑफ पाकिस्तान ने फिर आस्ता आस्ता सारे गुरुद्वारे जो इतिहास है गुरुद्वारे सन उन्होंने जो महाराज का प्रकाश सुनने से आया है कि इस स्थान का जो इतिहास है भाई मरदाना जी की बैठक सी भाई मरदाना जी इतने बैठते होंगे तो गुरु नानक देव जी महाराज जी उस स्थान पर बैठते फिर इन्होंने इस पक्का स्थान बना के टैल वगैरह ला के सुभाषण स्थान बना दिता ताकि निशानी के तौर पर रवे कोई भी जी बिल्डिंग ढा के नवी नहीं बनाई गई सारी पुरातन बिल्डिंग हाँ जी रोड़ी साहब ना क्यों पिया इतने गुरु नानक देव जी महाराज जी ने रेत और रोड़े जो छोटे छोटे पत्थर होंगे ने वह बिछा के इतने बैठ के उन्होंने भगती की सिमरन किया रोड़िया से बैठ के इसलिए इस पावन पर पवित्र स्थान का नाम गुरुद्वारा रोड़ी साहब है सिर्फ खड़ा साहब बने हुए हैं बस इतनी संगत आके दर्शन कर रही है।
ਜਿੱਦਾਂ ਜਿੰਨਾ ਕੋਈ ਟਾਈਮ ਹੋਵੇ ਉੱਥੇ ਜਾਂਦੇ ਨੇ ਕਿਉਂਕਿ ਉੱਥੇ ਛੋਟੀਆਂ ਛੋਟੀਆਂ ਤੰਗ ਗਲੀਆਂ ਦੇ ਵਿੱਚ ਥੋੜ੍ਹਾ ਤੁਰ ਕੇ ਵੀ ਜਾਣਾ ਪੈਂਦਾ ਹੁੰਦਾ। ਪੰਜ ਮਰਲੇ 'ਚ ਦੋ ਸਥਾਨ ਨੇ ਅਤੇ ਛੋਟੇ ਛੋਟੇ ਦੋ ਸਥਾਨ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਫਿਰ ਉਦੋਂ ਬਾਅਦ ਕਰਾਈ ਹੋਈ ਹੈ। ₹200 लाल सिंह सपुत्र सरदार अर्जन सिंह जी बनिया सेवा कराई ₹100 तो आपको नारायण सिंह तारो बुलन फुलन हाँ जी जी तुसी जिस तरह दर्शन कीते ਗੁਰਚੇਤ ਭਾਜੀ ਵੀ ਨਾਲ ਨੇ ਇੱਕ ਬੰਦਾ ਸਾਡੇ ਨਾਲ ਤੁਸੀਂ ਜੁੜੇ ਰਹੋ ਫਿਰ ਆਪਾਂ ਕਿਸੇ ਵੀਡੀਓ ਨਾਲ ਮਿਲਦੇ ਹਾਂ ਤੁਹਾਨੂੰ।